ਔਰ ਟਣੇ ਟਣੇ ਅੱਜ ਤਾਂ ਮੇਰੀ ਘਰੇ ਸਾਲੀ ਆਈ ਸੀ ਚਿੱਬੜ ਲੈ ਕੇ ਆਈ ਸੀ ਰਣਜੀਤ ਗੁਰੇ ਉਹ ਮੈਂ ਸੁਣਿਆ ਅੱਜ ਤੇਰੀ ਭੈਣ ਆਈ ਸੀ ਚਿੱਬੜ ਲੈ ਕੇ ਉਹਨੇ ਤੈਨੂੰ ਆਖਿਆ ਵਾ ਵੀ ਭੈਣੇ ਮੇਰੇ ਜੀਜੇ ਨੂੰ ਚਿੱਬੜਾਂ ਦੀ ਚਟਣੀ ਖਵਾਈ ਮੇਰੇ ਵਾਸਤੇ ਚਿੱਬੜ ਲੈ ਕੇ ਆਉਂਦੀ ਆ ਇਹਨੂੰ ਕਹਿੰਦੀ ਚਿੱਬੜਾਂ ਦੀ ਚਟਣੀ ਖਵਾ ਦੇ ਤੂੰ ਆ ਮੇਰੇ ਚੀਜ਼ੇ ਨੂੰ ਕਹਿੰਦਾ ਮੇਰੇ ਨਾਲ ਹੁੰਦੀ ਆ ਨਾ ਮੈਂ ਕਹਿੰਦਾ ਕਿਸੇ ਨਾਲ ਨਾ ਹੋਵੇ ਪਤਾ ਕੀ ਕਹਿੰਦੀ ਆਟੇ ਦੀ ਥੈਲੀ ਇੱਥੇ ਲਾ ਜਾਓ ਤੁਸੀਂ ਚਲੇ ਜਾਓ ਠੀਕ ਹੈ ਨਾ ਸਾਲੀ ਕੋਲੇ ਕੋਈ ਨਾ ਮੈਂ ਹੁਣ ਥਾਲੀ ਕੋਲੇ ਚੱਲਿਆ ਵਾ ਠੀਕ ਹੈ ਨਾ ਮੇਰੀ ਗੱਲ ਸੁਣ ਆ ਹੁਣ ਚੱਕ ਆਪਣਾ ਆਟਾ ਠੀਕ ਹੈ ਮੈਂ ਤਾਂ ਚੱਲਿਆ ਵਾ ਆਪਣੀ ਸਾਲੀ ਕੋਲੇ ਚੱਲਿਆ ਵਾ ਮੈਨੂੰ ਸ਼ਰਮ ਦਾ ਘਾਟਾ ਉਹ ਤੂੰ ਚੱਕ ਆਪਣਾ ਆਟਾ ਸਾਰੀ ਕੋਲੇ ਚੱਲਿਆ ਮੈਂ ਵੀ ਹੁਣ ਤੇਰੇ ਕੋਲੇ ਆਉਂਦਾ ਚੱਲ ਦੱਬਾ ਹੋ ਮੇਰੇ ਜਿੰਨੀਆਂ ਪੈਂਦੀਆਂ ਨੇ ਭਰਾਵੋ ਕਿਸੇ ਦੇ ਨਾਲ ਪੈਣ ਠੀਕ ਆ ਨਾ ਉਹ ਟਣੇ ਟਣੇ ਉਹ ਸਾਲੀ ਕੋਲੇ ਕੀ ਜਾਣਾ ਜੇ ਆਪਾਂ ਸਾਲੀ ਕੋਲੇ ਚਲੇ ਗਏ ਉਹ ਮੈਨੂੰ ਤਾਂ ਸਾਡੂ ਕੁੱਟੂਗਾ ਠੀਕ ਆ ਨਾ ਇਦੂ ਚੰਗਾ ਤਾਂ ਘਰ ਵਾਲੀ ਕੋਲ ਚੱਲਦੇ ਆਉਂਦੀ ਮੈਂ ਤਾਂ ਦਰਦੇ ਕਰ ਲੈਣਾ ਵੀ ਮੈਨੂੰ ਘਰ 'ਚ ਰੱਖ ਲਾ ਕੀ ਹਾਲ ਚਾਲ ਆ ਗੰਢ ਲਿਆ ਮਖਾ ਲਿਆ ਹਾਲ ਚਾਲ ਤਾਂ ਵਧੀਆ ਵਾ ਹੁਣ ਤੇ ਸਾਰੀ ਨੂੰ ਪੁੱਛਿਆ ਅੰਦਰ ਜਾ ਪਾਣੀ ਉਹਨੇ ਮੈਨੂੰ ਨਹੀਂ ਪੁੱਛਿਆ ਮੈਂ ਗਿਆ ਹੀ ਨਹੀਂ ਡਰਦਾ ਮਾਰਾ ਸਾਡੂ ਤੋਂ ਆ ਬੜਾ ਭੱਜਿਆ ਗਿਆ ਸੀ ਕਹਿੰਦੇ ਤੂੰ ਚਿਪੜਾ ਚਟਣੀ ਖਾਣੀ ਜਾ ਕੇ ਸਾਲੀ ਕੋਲੇ ਉਹ ਸਾਲੀ ਕੋਲੇ ਨਹੀਂ ਖਾਣੀ ਸਾਲੀ ਮੇਰੀ ਤੈਨੂੰ ਦੇ ਕੇ ਗਈ ਸੀ ਚਿਪੜ ਤੇ ਮੇਰੇ ਜੀਜੇ ਨੂੰ ਚਿਪੜਾ ਦੀ ਚਟਣੀ ਖਵਾ ਦੀ ਇੱਥੇ ਰੱਖ ਪਰੇ ਜਾ ਠੀਕ ਹੈ ਨਾ ਗੋਲੀ ਵਾਲਾ ਪੱਤਾ ਪੀਂਦਾ ਜਾਈ ਚੱਲ ਸਾਲੀ ਕੋਲੇ ਹੁਣ ਝਾੜੂ ਨਾਲ ਠੀਕ ਹੈ ਨਾ ਏਦਾਂ ਫੈਂਟਾ ਲਾਈਦਾ ਵਾ ਪੀਂਦੇ ਜਾਓ ਗੋਲੀ ਵਾਲਾ ਪੱਤਾ ਠੀਕ ਹੈ ਨਾ ਆਹ ਦੇ ਝਾੜੂ ਪੈਂਦੇ ਹਨ ਪਰ ਬੰਦਾ ਭੱਜਿਆ ਜਾਂਦਾ ਮੂਹਰੇ ਮੂਹਰੇ ਫਿਰ ਕਹਿੰਦੇ ਨੀ ਵਿਗੜਦਾ ਗਾ ਸਿੱਧਾ ਘਰ ਨੂੰ ਹੀ ਆਉਂਦਾ ਵਾ ਚੌਲ ਚੂਲ ਖਾ ਕੇ